ਆਦੀਆਂ ਪਾਥੀਆਂ ਘੱਟ ਬਾਲਿਆ ਕਰ ਦੇਖ ਰੋਜ਼ ਦੀ ਰੋਜ਼ ਪਾਥੀਆਂ ਵਾਸਤੇ ਗੇੜੇ ਲੰਦੇ ਚੰਗੇ ਨਹੀਂ ਲੱਗਦੇ ਲਫੇੜਿਆਂ ਦਾ ਵੀ ਕੋਈ ਅਸਰ ਨਹੀਂ ਹੁੰਦਾ ਕਰੋੜੀ ਮੱਲਾ ਮੈਨੂੰ ਤਾਂ ਲੱਗਦਾ ਇਹ ਤਾਂ ਸੁਰਗ ਸੁਧਾਰ ਗਿਆ ਇਹ ਤਾਂ ਪੂਰਾ ਹੋ ਗਿਆ ਉਹ ਤਾਂ ਗੇਠ ਮੁਠੀਏ ਦੇ ਗਿਆ ਗਿਆ ਨਾ ਭੈਣ ਦੇਣੇ ਦੀ ਉਹ ਨਿਗਾਹ ਨਹੀਂ ਰੱਖ ਸਕੀ ਇਹਦੀਆਂ ਕਿੱਧਰ ਭੱਜ ਗਿਆ ਭੱਜਿਆ ਨਹੀਂ ਮਰ ਗਿਆ ਹੈ ਜਦੋਂ ਮੈਂਬਰ ਦੇ ਘਰ ਵਾਲੀ ਝੂਠ ਬੋਲਦੀ ਆ ਤਾਂ ਸਾਰਾ ਪਿੰਡ ਝੂਠ ਬੋਲੂ ਮੇਰੀ ਗੱਲ ਸੁਣ ਬਾਈ ਮੈਂ ਤੇਰੇ ਨਾਲ ਜਮਾ ਸਹਿਮਤ ਆ ਉਹ ਤਾਂ ਤੂੰ ਲਾ ਦੇ ਚਾਰ ਹਾਂ ਕਰਤਾ ਸੁਣਨਾ ਪਿਆ ਕਰੇ ਕੋਈ ਨਹੀਂ ਹੈਗਾ ਇੱਕ ਤਾਂ ਗੱਲ ਹੈਗੀ ਹੈ ਕਰੋੜੀ ਮੱਲਾ ਮਹਾਜਨਾਂ ਵਾਸਤੇ ਇਹ ਗੱਲ ਬਣੀ ਨਹੀਂ ਵੀ ਕਿਸੇ ਦੇ ਚੋਰੀਆਂ ਘਰੋਂ ਜਾਓ ਪਰ ਹੁਣ ਕਰੀਏ ਕੀ ਪਤਾ ਤਾਂ ਲਾਉਣਾ ਪਊਗਾ ਵੀ ਬਿਜਲੀ ਵਾਲਾ ਗਿਆ ਕਿੱਧਰ ਹੁਣ ਧਰਤੀ ਨਿਕਲ ਗਈ ਜਾਂ ਸਮਾਨ ਖਾ ਗਿਆ ਲੈ ਦੇਖ ਕੇ ਨਾ ਜਾ ਕੇ ਲੈ ਕਰੋੜੀ ਮੱਲਾ ਜਿਹੜਾ ਖੁੰਜੇ 'ਚ ਕਮਰਾ ਇਹੋ ਜਿਹੇ ਖੁੰਜੇ ਵਾਲੇ ਕਮਰਿਆਂ 'ਚ ਗੜਬੜ ਹੁੰਦੀ ਹੈ ਉਹਦੀ ਦੇਖ ਤੇਰਾ ਭਲਾ ਹੋ ਜੇ ਤੇਰਾ ਬੰਦੇ ਜਿੱਡਾ ਸੀਸਾ ਲਾ ਰੱਖਿਆ ਇਹ ਸਾਰਾ ਮੇਕਅਪ ਦਾ ਪਿਆ ਸਮਾਨ ਮੈਨੂੰ ਤਾਂ ਲੱਗਦਾ ਸੀਸੇ ਮੂਹਰੇ ਤਿਆਰ ਹੋ ਕੇ ਕਰਦੀ ਹੈ ਗੱਲਾਂ ਗੋਰੀਆਂ ਦੇ ਵਿੱਚ ਟੋਏ ਅਸੀਂ ਮਰ ਗਏ ਹੋਏ ਹੋਏ ਐਂ ਕਰ ਦੂਜਾ ਕਮਰਾ ਵੀ ਦੇਖ ਹੀ ਲੈ ਇਹ ਤਾਂ ਉਰੀ ਤਿਆਰ ਹੁੰਦੀ ਹੈ ਤਾਈਓ ਤਾਂ ਲਾਲ ਰੱਖਦੀ ਹੈ ਗੱਲਾਂ ਕਰਕੇ ਜਿਉਂਦਾ ਵੀ ਹੈ ਕਿ ਮਰ ਗਿਆ ਮੈਨੂੰ ਤਾਂ ਲੱਗਦਾ ਪੂਰਾ ਹੋ ਗਿਆ ਆਹੋ ਲਾਲਾ ਕਰੋੜੀ ਮੱਲ ਲਾਉਂਦਾ ਪੂਰਾ ਤੋਲ ਕੁਛ ਤਾਂ ਬੋਲੇ ਕੀ ਚੱਕਰ ਆ ਨਾ ਇਹ ਨਹੀਂ ਚੱਕਦਾ ਕਰਦਣ ਮੈਨੂੰ ਤਾਂ ਲੱਗਦਾ ਇਹਦੇ ਵਾਲਾ ਕੰਮ ਤਾਂ ਹੋ ਗਿਆ ਸਾਲਾ ਕੁੱਤਾ ਦੇਖ ਲਾ ਜੇਲਾ ਕਹਿੰਦਾ ਮੇਰਾ ਸਾਲਾ ਆ ਰਿਹਾ ਬਿਜਲੀ ਵਾਲੀ ਸਾਲਾ ਬਣਾਤਾ ਬੇਚਾਰਾ ਪਲਾਸ ਜਿੱਡਾ ਕੁ ਬੰਦਾ ਤੀ ਹੋਰ ਕਸਾਤਾ ਭੈਣੇ ਮੇਰੀ ਗੱਲ ਸੁਣ ਆਦੀਆਂ ਪਾਥੀਆਂ ਘੱਟ ਬਾਲਿਆ ਕਰ ਦੇਖ ਰੋਜ਼ ਦੀ ਰੋਜ਼ ਪਾਥੀਆਂ ਵਾਸਤੇ ਗੇੜੇ ਲੰਦੇ ਚੰਗੇ ਨਹੀਂ ਲੱਗਦੇ ਹਾਏ ਹਾਏ ਜਸ ਤੂੰ ਤਾਂ ਗੀਜ਼ਰ 'ਚ ਪਾਈ ਜਾਂਦੀ ਆ ਸਾਰਾ ਦਿਨ ਪਾਥੀਆਂ ਭੈਣੇ ਵੀਹ ਪਾਥੀਆਂ ਤਾਂ ਤੂੰ ਚੁੱਲ੍ਹੇ 'ਚ ਫੂਕ ਦਿੰਦੀ ਆ ਸਾਗ ਧਰਦੇ ਜਦੋਂ ਜਸ ਉਦੋਂ ਤਾਂ ਫੁੱਕਦੀਆਂ ਹੀ ਨੇ ਤੂੰ ਵਾਲੀਆਂ ਫੁੱਕਦੀਆਂ ਪਾਣੀ ਰਾਹੀਂ ਨਾ ਉਹਦੇ ਰਾਤ ਨੂੰ ਨੇ ਉਹ ਦਿਨੀ ਲੱਗ ਜੂ ਦੁਪਹਿਰੇ ਲਾਉਣ ਨਾ ਮੇਰੀ ਗੱਲ ਸੁਣ ਨਾ ਉਦੋਂ ਤਾਂ ਤੈਂ ਮਿੰਟ 'ਚ ਦੀ ਗਹਾਰੇ ਦੋ ਵੇਚਤੇ ਆ ਦੋ ਗਹਾਰੇ ਵੇਚ ਕੇ ਉਹ ਤਾਂ ਝਾਂਜਰਾਂ ਕਰਾ ਲਈਆਂ ਹੈ ਉਹ ਤਾਂ ਭੋਰਾ ਕਿਰਕ ਨਹੀਂ ਕੀਤੀ ਹਾਏ ਹਾਏ ਜਸ ਤੈਨੂੰ ਮੇਰੀਆਂ ਝਾਂਜਰਾਂ ਦੀ ਜਲਸ ਹੋ ਗਈ ਹੈ ਮੈਂ ਤੈਨੂੰ ਕਦੇ ਰੋਕਿਆ ਨਾ ਜਲਸੀ ਹੋਵੇ ਨਾ ਮੈਨੂੰ ਤਾਂ ਤੂੰ ਕਹੀ ਨਹੀਂ ਤੂੰ ਵੀਹ ਪਾਥੀਆਂ ਤੀਤੀ ਫੂਕਦੀਆਂ ਹੈ ਤੂੰ ਆ ਕੇ ਗੀਜ਼ਰ ਚਲਾਈ ਜਾਂਦੀ ਆ ਗੀਜ਼ਰ ਚਲਾਉਣੀ ਆ ਭੈਣੇ ਸਾਰਾ ਟੱਬਰ ਨਹਾਉਂਦਾ ਮੈਂ ਕਿਹੜਾ ਕੱਲੀ ਨਹਾਉਣੀ ਆ ਫਿਰ ਜਸ ਸਾਰਾ ਟੱਬਰ ਖਾਂਦਾ ਮੈਂ ਵੀ ਬਣਾਉਣੀ ਆ ਆਹੋ ਨਾ ਘੱਟ ਵੀ ਤਾਂ ਬਾਲ ਸਕਦੀ ਭੈਣੇ ਆਹੋ ਮੈਂ ਮੁੜ ਕੇ ਪਥਦੀ ਮੁੜ ਕੇ ਮੈਂ ਥੱਕ ਜਾਂਦੀ ਆ ਜਸ ਇੰਨਾ ਗੋਹਾ ਪਥਦੀ ਆ ਮੈਂ ਕੱਲੀ ਆਹੋ ਪਥਦੀ ਆ ਕੱਲੀ ਆ ਹੁਣ ਧੁੱਪਾਂ ਨਿਕਲਣ ਹਟ ਜਾਣੀ ਆ ਨਾ ਸੁੱਕਣੀਆਂ ਨਹੀਂ ਵਾਸਤਾ ਨਹੀਂ ਲੈ ਕੋਈ ਨਾ ਮੈਂ ਬਥੇਰਾ ਪਥ ਲੂੰਗੀ ਨਾ ਭੈਣੇ ਆਪਾਂ ਬਾਹਰ ਨਹੀਂ ਸੀ ਲਾ ਕੇ ਗਈਆਂ ਹਾਏ ਹਾਂ ਦਰਵਾਜ਼ਾ ਤਾਂ ਆਪਾਂ ਬੰਦ ਕਰਕੇ ਗਏ ਆ ਇਹ ਤਾਂ ਬਾਹਰ ਖੁੱਲ੍ਹਾ ਪਿਆ ਬਾਈ ਤਾਂ ਖੇਤ ਵੱਗ ਗਿਆ ਸੀ ਉਹ ਤਾਂ ਕੱਦਾਂ ਖੇਤ ਗਿਆ ਗਾ ਹਾਏ ਮੈਂ ਮਰ ਜਾ ਕਿਤੇ ਉਹ ਤਾਂ ਨਹੀਂ ਭੱਜ ਗਿਆ ਹਾਏ ਜਸ ਚੱਲ ਦੇਖੀਏ ਲਫੇੜਿਆਂ ਦਾ ਵੀ ਕੋਈ ਅਸਰ ਨਹੀਂ ਹੁੰਦਾ ਕਰੋੜੀ ਮੱਲਾ ਮੈਨੂੰ ਤਾਂ ਲੱਗਦਾ ਇਹ ਤਾਂ ਸੁਰਗ ਸੁਧਾਰ ਗਿਆ ਇਹ ਤਾਂ ਪੂਰਾ ਹੋ ਗਿਆ ਕਿਤੇ ਤੇਰੇ ਜੁੰਮੇ ਪੈ ਜੇ ਕਤਲੇ ਦਾ ਵੀ ਲਾਲ ਇਹਨੇ ਮਾਰਿਆ ਇਹ ਧੀ ਮੇਰੀ ਤਾਂ ਜਵਾਨ ਵੀ ਨਹੀਂ ਫੜੀ ਜਾਂਦੀ ਜਰਕ ਦਿਨੇ ਤੇਰੀ ਨਾਂ ਲੈ ਦੂਗੀ ਬਾਹਰ ਕੀ ਕੁਸਰ ਮੁਸਰ ਜੀ ਹੋਈ ਜਾਂਦੀ ਆ ਕਿਤੇ ਆ ਵੀ ਨਾ ਗਈਆਂ ਹੁਣ ਲੈ ਕਰ ਲੰਘ ਚੱਲ ਇਹ ਨਹੀਂ ਬਚਦਾ ਤਾਂ ਪੂਰਾ ਹੋ ਗਿਆ ਜਦੋਂ ਵਿੱਚ ਵੱਜਦੀ ਆ ਨਾ ਧਰਮ ਤੋਂ ਲਾ ਕੇ ਜਮੀ ਆੜਤੀਆਂ ਦੇ ਸਿਰਹਾਣੇ ਦੀ ਯਾਦ ਆ ਜਾਂਦੀ ਹੈ ਪੋਲੇ ਪੋਲਾ ਪਹਿਲਾਂ ਤਾਂ ਤੂੰ ਮੈਨੂੰ ਐਂ ਦੱਸ ਲਾਲਾ ਸਾਡੇ ਸੁੰਨੇ ਘਰ 'ਚ ਤੇਰਾ ਇਕੱਲੇ ਦਾ ਵੰਡ ਦਾ ਕੀ ਮਤਲਬ ਪਹਿਲਾਂ ਤੂੰ ਦੱਸ ਮੈਨੂੰ ਉਹ ਜਿਹੜਾ 3.5 ਫੁੱਟ ਦਾ ਬੰਦਾ ਅੰਦਰ ਮਾਰ ਕੇ ਖਪਾ ਰੱਖਿਆ ਉਹ ਕਿਹਦੇ ਖਾਤੇ 'ਚ ਪਾਏਗੀ ਹੈ ਜਿਉਂਦੇ ਜਾਗਦੇ ਬੰਦੇ ਨੂੰ ਮਰਿਆ ਸਾਬਤ ਕਰੀ ਜਾਂਦਾ ਬੇ ਉਹਨੂੰ ਸਮੋਸੇ ਖਵਾ ਕੇ ਚਾਹ ਪਿਆ ਕੇ ਇੱਕ ਗਲਾਸ ਪਾਣੀ ਦਾ ਪਿਆ ਕੇ ਡਕਾਰ ਦਵਾ ਕੇ ਫੇਰ ਅਸੀਂ ਪਾਥੀਆਂ ਲੈਣ ਗਈਆਂ ਠੀਕ ਹੈ ਮੰਨਿਆ ਮੇਰੇ 4 ਨੰਬਰ ਐਨਕ ਲੱਗੀ ਹੋਈ ਆ ਅੰਨਾ ਨਹੀਂ ਹੈਗਾ ਕਰੋੜੀ ਮੱਲ ਉਹ ਤਾਂ ਪੂਰਾ ਹੋ ਰਿਹਾ ਜਾ ਕੇ ਦੇਖ ਲੈ ਤੇ ਲਾਲਾ ਮੇਰੀ ਗੱਲ ਸੁਣ ਲਾ ਮੈਂ ਤੈਨੂੰ ਇੱਕ ਗੱਲ ਦੱਸਾਂ
तू मारिया हो बंदा केंदी तू मारा मेरा बच्चा रोला थी ना 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 साडे सुनने घर च तू सी तू मारिया तैनू आए है साडे सिर पै जे मैं हुणे जाके दस क्यों नहीं शांति नु देख ला शांति नु मेनू तां इहदी देख के हैरानगी आंदी है कहिंदा बोलण मो मैं वड्डी करतूतो वड्डी जठैणी ए भी लागी बोलण ले पैणे सी तानू चंगा भला छड्ड के गया तू केड़े वेले अंदर आ बणिया कुंडा ला के गया सच कहा सैने ने जिदे जीव चलदी सत्त हल चलते ने तुसी नहीं किसी नु आन दिंदिया मैनू ऐ दसो बन्नया कादे वास्ते हो बे बन्नया तां बन्नया पहला मैनू ऐ दस भी तू मारिया का तू आ मैं नहीं मारिया मेरी मां मैं अज तक कदे मच्छर नहीं मारिया बे साडियां चार अखां गवाह ने बे तू अंदरों निकलिया नु मार के अखां चार करोड़ी मलदे भी ने दो अखां चार नंबर एनक चार हो चार होगी वही बन देंगी 750 रुपये लगे तेरा कोई यकीन नहीं मन करे भन भी दमे हुण मैनू ऐ दस हुण तू कहंदी थी मैं शांति नू फोन करूंगी मैनू तां लगदा थाने मैं कर देना मैं कर दियां फोन हजे उल्टा पैंदा नहीं जसी नाले ना साडे बार च लग्या वा कैमरा तू कल्ला अंदर वड़दा दिसी है हां जे किते सोचदा हो मैं गल तेरे पऊगा कतल साडे नहीं पैंदा पूंदा रुड़ी मल्ला कैमरे भी लवार के ने कैमरे भी लवा रखे ने हां कैमरे लवा रखे तेरे अरके दी करतूतां करके तेरियां तो सत्ते भी हां सौ ने तू नहीं रलन दी मां दी धीए किसे नु आ इका बोदा अपने पिंड वाला कहंदा मैं मेंबरी च खड़ा हूं मैनूं तां लगदा सरपंच नी तेनूं बनाण च फायदा मेरी गल सुन ला लाला पंजाबी च कहनी आ जे ता मन जेगा ता ठीक है नहीं मैं ता शांति कोले हुणे जानी है नाले लखाउनी है थाने रप्त इहने साडे घरे वड़ के बंदा मारता ना 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 शांति ता पहले होके नाले मर जूगी शांति ने मैं नहीं हुण तेरा घर पट्टे जो साडा ता की जांदा इक सही इक बटा दो हो जूगा हुण दस किवें करनी है करनी की है जिवें तू कहेंगी उम्मी कर लांगे चल फिर ऐ कर जेड़ा ता तू लेके आया सी लाख रुपया अमृत तेरे तो ओदे ते पहला मार दे कर मारिया मारता काटा हुणे मार दे आ ले मारता काटा ए ना होवे कल नु कहदे भी हैगे आज लेने मेरी मां घर जाके रोज नामे ते भी मार दूंगा बही ते भी मार दूंगा ए ता तेनु दिखाता ए ना लक्ष्मी माता दी सों कृपा रुक जुग जे सों खाली ले एदा मतलब झूठ बोलदा जसी झूठ नहीं बोलता है क्या सुनता ले गल लक्ष्मी माता कृपा रोक लूगी सौ तो चंगी भी खानी होंगी है माड़ी तो खानी खानी है सच दी भी सौ खानी माड़ी है झूठ दी तो भाई होंगी होंगी है चल पक्की गल जबान कर दे करोड़ी मलदी जबान आ ठीक है हुण दूजी गल लख रुपया फिर होर तैयार रखी लख रुपया होर दो च पानी हुण ला ला देना पऊ ओदा की करूंगी लख रुपये दा होर ओ मेरी मर्जी चाहे मैं खूह सिट्टा चाहे खाते सिट्टा ठीक है कोई ना दे दूंगा भाई लख रुपया होर सही मैं ता होर कौड़ा कर दूंगा फिर तेनू पता ही है मैं शांति कोल जा ना 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 इन्ना की कहना है सुन ला मैं कहना की है मैं इन्ना की कहना है भी एक ता है पालो नू सारा समान दे के आउंदा सी मेकअप दा हैना एक बस पालो नाल गुटर मुटर जी सीगी ओ भी खेत च कोठे कोले खड़के कोठे कोल खड़के हां कोठे कोले खड़के भी आई आई करके गल्ला करते हुंदे करदा जसी बिल्कुल करदा शांति तोला पहले झूठे मरी ले जे तैं गल कहता देख भाई मार ना जोना तेरे हाथ बस हुण जे तू मान जेगा ता बंदियां को ठीक है तो फिर महा कल दे जूंगा लख रुपया चिंता ना कर आ करी ना फिर महाज नाली गल हुन मैं जावा हां हुन तू जावड़ ते जे जबान खोली है किसे कोले जबानी खोल लाला तू आप ही फसेगा मेरा कुछ नहीं जानदा सैना को तो पेठे ते बैंदा हुंदा हुन चुप करके हौली हौली खिसक खिसकदा जाना हुन ऐ करो जैली नु फोन कर दे ਕਹਦੇ ਵੀ ਆਰੇ ਤੇ ਵਗ ਜੂਗਾ ਲੱਕੜਾਂ ਲੁੱਕੜਾਂ ਦਾ ਪ੍ਰਬੰਧ ਕਰ ਦੂਗਾ ਹੁਣ ਮਚਾਣਾ ਵੀ ਤਾਂ ਹੈਗੀ ਆ ਇਹ ਉਹ ਕੋਈ ਨਾ ਅਸੀਂ ਆਪੇ ਲਾ ਦਾਂਗੇ ਠਿਕਾਣੇ ਤੇ ਉਹ ਨਾ ਚਿੰਤਾ ਕਰ ਲਾ ਚੰਗਾ ਫਿਰ ਕੋਈ ਨਾ ਕੱਲ ਨੂੰ ਮਿਲਦੇ ਆ ਲੱਖ ਰੁਪਏ ਨਾਲ ਹਾਂ ਹਾਂ ਕੋਈ ਨਹੀਂ ਚੱਲ ਲੱਖ ਰੁਪਏ ਦਾ ਵੀ ਬੰਦੋਬਸਤ ਹੋ ਗਿਆ ਪਹਿਲਾਂ ਤਾਂ ਉਹਨੂੰ ਦੇਖਾਂ ਵੀ ਉਹਦੇ ਜਾਨ ਪ੍ਰਾਣ ਹੈਗੇ ਆ ਕਿ ਸੱਚੀ ਮਿੱਚੀ ਮਰ ਗਿਆ दीदी जेठ नू सदना पूगा
ਉਹਨੂੰ ਸੱਦ ਕੇ ਲਈਏ। ਐਂ ਕਰ, ਨਹੀਂ ਘਰੇ ਵੀ ਚਾਹੀਦਾ ਕੋਈ, ਤੂੰ ਘਰੇ ਰਹਿ, ਮੈਂ ਸੱਦ ਲਿਆਉਂਦੀ ਹਾਂ। ਨਾ ਜੱਸੀ, ਮੈਂ ਨਹੀਂ ਮਰੇ ਹੋਏ ਬੰਦੇ ਕੋਲ ਰਹਿੰਦੀ, ਮੈਨੂੰ ਤਾਂ ਬਹੁਤ ਡਰ ਲੱਗਦਾ, ਮੈਂ ਤਾਂ ਤੇਰੇ ਨਾਲ ਹੀ ਚੱਲੂ। ਚੱਲ ਆ ਜਾ। ਹਾਂ, ਮੈਂ ਵੀ ਇਕੱਲੀ ਤਾਂ ਰਹਿੰਦੀ ਨਹੀਂ। ਚੱਲੀਏ। ਲੈ ਜੇ ਲੈ ਸਿਆ, ਜਿੱਦਣ ਦਾ ਅੰਮ੍ਰਿਤ ਥੇ ਉੱਤੇ ਗਿਆ ਕ ਪੈਣ 'ਤੇ, ਮੋਟੋ ਜੀ ਜ਼ਿਆਦਾ ਨੇੜੇ ਜੇ ਆਉਣ ਲੱਗ ਗਈ, ਬਾਲਾ ਮੋਜਾ ਕਰਨ ਲੱਗ ਗਈ। ਹੈਂ, ਧਰਮ ਨਾਲ ਹੁਣ ਤਾਂ ਗਰਮ ਸਮੋਸੇ ਮਿਲਦੇ ਨੇ ਓਏ, ਭਾਵੇਂ ਤਾਂ ਮੈਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਸੀਗਾ। ਹੁਣ ਤਾਂ ਨਜ਼ਾਰੇ ਨੇ, ਜੇ ਕਿਤੇ ਰੋਟੀ ਰਾਟੀ ਲੈ ਕੇ ਆ ਜੇ ਖੇ ਤਾਂ ਫਿਰ ਤਾਂ ਕਈ ਵੈਰੀਆਂ ਦੇ ਮੈਂ ਕਾਲਜੇ ਫੂਕ ਦੂੰਗਾ, ਕਾਲਜੇ। ਲੈ ਮਾਤਾ, ਇਹਨੂੰ ਤਾਂ ਫਿਰ ਦੇਖਾਂਗੇ, ਇਹਨੂੰ ਮੋੜ ਕੇ ਅੱਗ ਉੱਗ ਲਾ ਕੇ ਨਾ ਇਹਦਾ ਕਰੀਏ, ਫਿਰ ਵਾਹੀ ਵੂਹੀ ਟਾਈਮ ਲੰਘੀ ਜਾਂਦਾ ਕਣਕ ਬੀਜਣ ਦਾ, ਸਾਰੇ ਨੇ ਬੀਜਤੀ। ਮੇਰਾ ਸਾਲਾ ਦੁਖੀ ਹੋਇਆ ਪਿਆ, ਕਿਹਨੂੰ ਕਿਹਨੂੰ ਕਹੀਏ, ਕਿਹਨੂੰ ਕਿਹਨੂੰ ਨਾ। ਬੋਦਾ ਸਿਆਂ, ਓ ਬੋਦਾ ਸਿਆਂ, ਆ ਜਾ ਆ ਜਾ ਕਰੋੜੀ ਮੱਲਾ, ਆ ਜਾ ਆ ਜਾ ਜਾ, ਤੈਨੂੰ ਠੀਕ ਰੱਖੀ। ਰਾਮ ਰਾਮ ਤਾਂ ਠੀਕ ਹੈ, ਇਕੱਲੀ ਇਹ ਬੋਲੀ ਜੇ ਨਾ ਕੀ ਚੱਕਰ ਹੋ ਰਿਹਾ? ਕੁਛ ਨਹੀਂ ਕਰੋੜੀ ਮੱਲਾ, ਹੁਣ ਮੈਂ ਤੈਨੂੰ ਕੀ ਦੱਸਾਂ, ਐਤਕੀ ਮੈਂ ਮੈਂਬਰੀ 'ਚ ਪੰਗਾ ਲੈ ਲਿਆ। ਲੈ ਲਿਆ? ਹਾਂ, ਪੱਕਾ ਪੱਕਾ ਲੈ ਲਿਆ। ਮੈਂ ਤਾਂ ਕਹਿੰਦਾ ਕੀ ਮੰਗਦਾ ਰਹਿਣ ਦੇ, ਕੁਛ ਨਹੀਂ ਹੈਗਾ ਜਪਾਨ ਕੱਢਣ ਨੂੰ। ਓਏ ਕਰੋੜੀ ਮੱਲਾ, ਬਹੁਤ ਕੁਛ ਆ, ਤੈਨੂੰ ਪਤਾ ਜੀਰੀ ਜੱਪਿਆਂ 'ਚ ਕੁਛ ਨਹੀਂ ਬਚਦਾ ਹੈਗਾ, ਜੇ ਮੈਂਬਰੀ 'ਚ ਖੜੇ ਹੋਵਾਂਗੇ ਕੁਛ ਨਾ ਕੁਛ ਤਾਂ ਖੱਟਾਂਗੇ। ਚੰਗਾ, ਐਂ ਦੱਸ, ਉਹ ਮੱਗਰ ਦਾ ਮੁੰਡਾ ਭੇਜਿਆ ਜੀ ਤੈਂ? ਹਾਂ ਹਾਂ, ਉਹਨੇ ਸੁਨੇਹਾ ਲਾਇਆ ਸੀ, ਕਹਿੰਦਾ ਮੇਰੇ ਚਾਚੇ ਨੇ ਬੁਲਾਇਆ ਤੈਨੂੰ, ਹੁਣ ਐਂ ਦੱਸ ਵੀ ਕਾਹਦੇ ਵਾਸਤੇ ਬੁਲਾਇਆ? ਕਰੋੜੀ ਮੱਲਾ, ਤੈਨੂੰ ਹੁਣ ਦੱਸ ਕੇ ਤਾਂ ਹਟਿਆ ਵੀ ਆਪਾਂ ਨੇ ਲੈ ਲਿਆ ਮੈਂਬਰੀ 'ਚ ਪੰਗਾ। ਕੋਈ ਨਾ, ਫਿਰ ਵੋਟ ਪਾ ਦਾਂਗੇ, ਸ਼ਾਂਤੀ ਦੀ ਵੀ ਪਵਾ ਦੂੰਗਾ ਤੈਨੂੰ। ਵੋਟ ਤਾਂ ਜ਼ਰੂਰੀ ਆ, ਸ਼ਾਂਤੀ ਦੀ ਵੋਟ ਤੇ ਕਰੋੜੀ ਮੱਲਾ ਤੇਰੀ ਵੋਟ, ਇਹ ਤਾਂ ਮੈਨੂੰ ਪੱਕਾ ਪਤਾ ਵੀ ਆਪਣੀ ਹੋ ਇਹ। ਫਿਰ ਪਤਾ ਕਰੋੜੀ ਮੱਲਾ ਨਾਲ ਨਾ ਥੋੜ੍ਹਾ ਜਿਹਾ ਪੈਸਿਆਂ ਦੀ ਵੀ ਲੋੜ ਪਊਗੀ ਆਪਾਂ ਨੂੰ। ਇੱਕ ਗੱਲ ਤਾਂ ਹੈ ਬੋਦਾ ਸਿਆ, ਮੈਨੂੰ ਤੁਹਾਡੇ ਜੱਟਾਂ ਦੀ ਸਮਝ ਨਹੀਂ ਆਈ ਗੱਲ ਦੀ। ਕੀ ਹੋਇਆ? ਇਹ ਪਤੰਦਰ 11-21 ਦੇਖ ਲੈ ਤੂੰ, 4500 ਨੂੰ ਵਿਕਰੀ ਆ, ਹੈਂ ਮੁੱਛਲ ਜੀਰੀ 4300 ਨੂੰ ਵਿਕਰੀ ਆ, ਹੁਣ ਵੀ ਮਰਦੇ ਤੇ ਮਰਦੇ, ਹੁਣ ਪੈਸੇ ਦੀ ਕਮੀ ਹੈ ਕੋਈ ਸਾਡੇ ਲਈ? ਉਹ ਤਾਂ ਆੜਤੀ ਕਦੀ ਖੜੇ ਰਹਿੰਦੇ ਨੇ, ਗੱਲ ਸਮਝਿਆ ਕਰ ਤੂੰ। ਤੂੰ ਮੇਰੀ ਕਰੋੜੀ ਮੱਲਾ, ਤੂੰ ਮੈਨੂੰ ਥੋੜ੍ਹੇ ਜਿਹੇ ਪੈਸੇ ਦੇ, ਚਾਹੇ 2 ਰੁਪਏ ਵਿਆਜ ਲਾ ਲਈ। ਫਿਰ ਬੋਦਾ ਸਿਆ, ਤੂੰ ਤਾਂ ਉਹ ਕੰਮ ਕਰਦਾ, ਸਿਆਣੇ ਪਹਿਲਾਂ ਕਿਹਾ ਕਰਦੇ ਤੀ ਵੀ ਅੱਡੀਆਂ ਚੱਕ ਕੇ ਫਾਹਾ ਲੈ ਲਿਆ, ਤੂੰ ਤਾਂ ਮੇਰੇ ਯਾਰ ਮੈਨੂੰ ਲੱਗਦਾ ਪੀੜ੍ਹੀ ਧਰ ਕੇ ਫਾਹਾ ਲਏਗਾ ਹੁਣ। ਕਰੋੜੀ ਮੱਲਾ, ਇਹਨੂੰ ਫਾਹਾ ਨਹੀਂ ਕਹਿੰਦੇ, ਗਰੰਟਾਂ ਗਰੰਟਾਂ ਆਉਣਗੀਆਂ। ਗਰੰਟਾਂ ਤਾਂ ਠੀਕ ਆ, ਜਿਹੜਾ ਤੂੰ 2 ਦਾ ਵਿਆਜ ਮੈਨੂੰ ਦੇਣ ਨੂੰ ਕਹਿੰਦਾ, ਫਿਰ ਪਿੰਡ ਦਾ ਵਿਕਾਸ ਨਹੀਂ ਹੁੰਦਾ ਹੈਗਾ। ਵਿਕਾਸ ਨੂੰ ਮਾਰ ਗੋਲੀ ਯਾਰ, ਤੇਰੇ ਪੈਸੇ ਆ ਜਾਣਗੇ ਬਸ। ਕੋਈ ਨਾ, ਮੇਰੇ ਪੈਸੇ ਤਾਂ ਨਹੀਂ ਮਰਦੇ ਗੁਰੂ, ਪਿੰਡ ਦਾ ਵੀ ਬਣਨਾ ਚਾਹੀਦਾ, ਮਾੜਾ ਮੋਟਾ ਮਹੱਲੇ ਦਾ ਵੀ ਬਣਨਾ ਚਾਹੀਦਾ ਕੁਛ। ਕਰੋੜੀ ਮੱਲਾ, ਤੂੰ ਮੈਨੂੰ ਹੌਸਲਾ ਦੇਣ ਆਇਆ ਕਿ ਮੇਰਾ ਹੌਸਲਾ ਤੋੜਨ ਆਇਆ? ਹੌਸਲਾ ਤਾਂ ਤੇਰੇ ਨਾਲ ਹੀ ਆ, ਮੈਂ ਤੇਰੇ ਨਾਲ ਆ, ਤੇਰੀ ਭਰਜਾਈ ਸ਼ਾਂਤੀ ਤੇਰੇ ਨਾਲ ਆ। ਉਹ ਤਾਂ ਮੈਨੂੰ ਪਤਾ, ਬਸ ਤੁਸੀਂ ਪੈਸਿਆਂ ਦਾ ਖਿਆਲ ਰੱਖਿਓ ਤੇ ਵੋਟਾਂ ਦਾ ਖਿਆਲ ਰੱਖਿਓ। ਚੰਗਾ ਫਿਰ, ਐਂ ਦੱਸ ਕਿੰਨੇ ਕਿੰਨਾ ਸਰੂ? ਮੈਨੂੰ ਵੀ ਮੰਨ ਲੈ 10 ਲੱਖ ਰੁਪਇਆ ਚੱਕੂ। ਜੈ ਮਾਤਾ ਦੀ, ਇਹਦਾ 20 ਕਾ ਟੈਂਟ ਹੁੰਦੇ ਨੇ, 10 ਲੱਖ ਰੁਪਏ ਨਾਲ ਤੂੰ ਇਕੱਲੀ 10 ਮੰਗਦਾ ਬੋਲੇ ਬੰਦੇ? ਆਪਦੇ ਵੀ ਹੈਗੇ ਨੇ, ਹੁਣ ਜੀਰੀ ਨਹੀਂ ਵੇਚੀ ਨਾਲ ਤਾਂ ਜੀਰੀ ਲੈਣਾ, ਉਹ ਵੀ ਹੈਗੇ ਨੇ 10 ਵਿੱਚ, ਉਹ ਪਾ ਕੇ ਮੈਂ ਤਾਂ ਹਾਂ 20 ਕੁ ਲੱਖ ਦਾ ਖਰਚਾ ਤਾਂ ਕਰੂ। ਮੈਂ ਤਾਂ ਜਿੰਨੇ ਬੰਡ ਰੱਖੇ ਨੇ ਪਿੰਡ 'ਚ ਵਿਆਜ ਵਿਊਜ ਤੇ, ਮੈਨੂੰ ਤਾਂ ਸਾਰੇ ਇਕੱਠੇ ਕਰਕੇ ਤੈਨੂੰ ਦੇਣੇ ਪੈਣਗੇ। ਇਹ ਇਹ ਤੂੰ ਕਰੀ ਕਰੋੜੀ ਮੱਲਾ। ਇੱਕ ਗੱਲ ਹੋਰ, ਦੁਕਾਨ 'ਤੇ ਜਿਹੜਾ ਵੀ ਬੰਦਾ ਆਵੇ, ਠੀਕ, ਹਰ ਇੱਕ ਨੂੰ ਕਹਿਣਾ ਬੋਦੇ ਮੈਂਬਰ ਨੂੰ ਵੋਟ ਪਾਉਣੀ। ਮੈਂ ਤਾਂ ਲੰਘਣੇ ਨਹੀਂ ਦਿੰਦਾ ਕਿਸੇ ਨੂੰ, ਤੂੰ ਪਰਵਾਹ ਨਾ ਮੰਨ ਜਿਵੇਂ ਵੀ। ਯਕੀਨ ਆ ਕਰੋੜੀ ਮੱਲਾ, ਜਿੰਨੀਆਂ ਆਉਂਦੀਆਂ ਨੇ ਹੈ ਸੀਤੋ ਵਰਗੀਆਂ, ਸਾਰੀਆਂ ਨੂੰ ਕਹਿ ਦੂੰਗਾ ਮੈਂ ਤਾਂ। ਹੈ, ਉਹ ਆਉਂਦੀ ਆ ਕੀ ਇਹਦਾ ਨਾਮ, ਬਚਨੀ ਬੁੜੀ, ਉਹਨੂੰ ਵੀ ਕਹਿ ਦੂੰਗਾ ਮੇਰੇ ਹੱਥ 'ਚ ਜਮੀ ਅਨਮੁੱਠੀ 'ਚ। ਉਹ ਤਾਂ ਪੱਕੀ ਹੈ, ਬੇਬੇ ਕਹਿ ਕੇ ਜਦੋਂ ਪੈਰੀਆਂ 'ਤੇ ਠੋਕ ਦਿੰਦਾ ਮੈਂ, ਪੱਕੀ ਹੈ। ਤੂੰ ਵੀ ਚਾਹੇ ਟੇਢਾ ਜਿਹਾ ਹੋ ਕੀ ਲਾ ਦਿਆ ਕਰ, ਹੁਣ ਤਾਂ ਗੋਡੀਆਂ ਥੱਲੇ ਦੇ ਆ ਕਰ। ਨਾ ਹੁਣ ਤਾਂ ਮੈਂ ਸਿੱਧਾ ਵੀ ਹੋ ਜਾਣਾ। ਮਾੜਾ ਜਿਹਾ ਕਰਦਾ ਇੱਕ, ਕੋਈ ਨਾ ਫਿਰ 1-2 ਦਿਨ ਦੇ ਵਿੱਚ, ਦੇਖ ਤੈਨੂੰ ਪਤਾ ਹੁਣ ਘਰੇ ਤਾਂ ਬਣਦੇ ਨਹੀਂ ਹੈਗੇ। ਹੈ, 1-2 ਦਿਨ? ਹਾਂ ਫਿਰ 1-2 ਦਿਨ 'ਚ ਹੋਊਗਾ 10 ਲੱਖ ਦਾ ਜੰਗਾੜ। ਜਾਂ ਤਾਂ 1 ਦਿਨ ਕਹਿ ਜਾਂ 2 ਦਿਨ ਕਹਿ। ਇਹ ਨਹੀਂ ਪਤਾ ਅੱਥਣ ਨੂੰ ਇਹੋ ਜੇ, ਮੈਂ ਤਾਂ ਅੱਥਣ ਨੂੰ ਇਹ ਫੜਾ ਜਾ ਮਨ ਕਰੇ। ਯਕੀਨ ਆ, ਯਕੀਨ ਆ, ਯਕੀਨ ਆ ਕਰੋੜੀ ਮੱਲਾ, ਉਹ ਤਾਂ ਕਹਿਣ 'ਚ ਆ ਜਾਂਦੀ ਨੀ ਗੱਲ। ਚਾਹ ਦੀ ਕੁੱਟ ਲਿਆ ਦਿੰਦੀ ਨਾ ਨਾ, ਚਾਹ ਨਹੀਂ ਮੈਂ ਪੀਂਦਾ, ਚਾਹ ਤਾਂ ਮਾਰੀ ਆ ਤੈਨੂੰ ਪਤਾ, ਖੰਡ ਤਾਂ ਉਈ ਮਾਰੀ ਆ, ਇਹ ਤੇਜ਼ਾਬ ਬਣ ਜਾਂਦਾ, ਚਾਹ ਨਹੀਂ ਮੈਂ ਪੀਂਦਾ। ਬਸ ਕੋਈ ਨਾ, ਮੈਂ ਪਚਾ ਦੂੰਗਾ, ਚਿੰਤਾ ਨਾ ਕਰੀ। ਚੱਲ ਹੁਣ ਤਾਂ ਪੰਗਾ ਲੈ ਲਿਆ ਭਾਈ, ਵਧੀਆ, ਹੁਣ ਤਾਂ ਫਿਰ ਇੱਜ਼ਤ ਬਹੁਤ ਆ ਤੇਰੀ, ਜਿੱਤ ਜਾਏਗਾ। ਇੱਕ ਗੱਲ ਆ ਕਰੋੜੀ ਮੱਲਾ, ਆ ਤੂੰ ਮੈਨੂੰ ਐਂ ਕਹਿਤਾ ਨਾ, ਇਹਦੇ ਨਾਲ ਸਮਝ ਲਵਾ ਬੋਦਾ ਜਿੱਤੀ ਹੀ ਪਿਆ, ਬੋਦਾ ਮੈਂਬਰ ਬਣੀ ਪਿਆ। ਹੁਣ ਇਹ ਤਾਂ ਜੱਗ ਜਹਾਨ ਜਾਣਦਾ ਮੋਦਵਰ ਬੰਦਾ ਪਿੰਡ ਦਾ, ਤੂੰ ਹਰੇਕ ਤੂੰ ਵੀ ਰੋਲੇ 'ਚ ਲੈ ਕੇ ਜਾਂਦੇ ਨੇ, ਅੱਖੇ ਵੀ ਲੱਗਦੇ ਹਰੇਕ ਦੇ। ਹਾਂ, ਹਰੇਕ ਦੇ ਝਗੜੇ ਨਿਬੇੜਦਾ ਭਾਈ। ਕੋਈ ਨਾ, ਚੰਗਾ ਫਿਰ ਮੈਂ ਮਾਰੂੰ ਗੇੜਾ। ਹੈ, ਠੀਕ ਆ ਕਰੋੜੀ ਮੱਲਾ, ਚਾਹ ਤਾਂ ਪੀ ਜਾਂਦਾ। ਬਸ ਕੋਈ ਨਾ, ਚਾਹੇ ਚਾਹ ਨਾ, ਮਹਾਂ ਦੋ ਵਾਲਾ ਕੰਮ ਯਾਦ ਰੱਖੀ, ਵਿਆਜ 2 ਦੀ ਲੱਗੂਗਾ। ਕੋਈ ਨਾ, ਨਾ ਦੀ ਲਾ ਲੈ। ਹਾਂ, ਚੰਗਾ ਫਿਰ, ਬੇਫਿਕਰ ਰਹੀ, ਬੇਫਿਕਰ ਰਹੀ, ਅੰਦਰ ਹੀ ਬੜੀ ਰਹੇਗੀ। ਪਾਣੀ ਦੀ ਘੁੱਟ ਪਿਆ ਦੇ ਮੈਨੂੰ। ਲੈ ਮਰ ਜਾਣਾ, ਹੁਣ ਹਾਕਾਂ ਮਾਰਨੋ ਹੀ ਨਹੀਂ ਹਟਦਾ ਹੈਗਾ, ਵੀ ਕਹਿ ਤਾਂ ਦਿੱਤਾ ਵੀ ਲੈ ਕੇ ਆਉਣੀ ਆ ਪਾਣੀ, ਉਹ ਜਮੇ ਸਬਰ ਹੈਗਾ ਬੰਦੇ 'ਚ, ਡੰਮ ਕੇ ਆਉਣੀ ਉਹਦਾ ਮੱਥਾ ਰੁੜ ਜਾਣੇ ਦਾ।
ਲੈ ਫੜ ਪਾਣੀ ਬਹੁਤ ਚਿਰ ਦਾ ਹਾਕਾ ਦੇ ਹਾਕਾ ਮਾੜਾ ਜਿਹਾ ਸਬਰ ਰੱਖੀਦਾ ਹੁੰਦਾ ਗਾ ਨਾ ਅੰਦਰ ਕੀ ਕਰਦੀ ਤੂੰ ਮੁੰਗੀ ਉਧਰਦੀ ਅੰਦਰ ਮੁੰਗੀ ਦਲਦੇ ਸੁਰਖੀ ਬਿੰਦੀ ਨਹੀਂ ਲੋਟ ਆਉਂਦੀ ਤੇਰੀ ਸੁਰਖੀ ਬਿੰਦੀ ਨਾਲ ਆ ਮੈਂ ਹੋਰ ਕੀ ਕਰਾਂ ਸਾਰਾ ਦਿਨ ਉਹੀ ਦਿਮਾਗ ਖਾਣੇ ਨੂੰ ਰਹਿੰਦਾ ਗਾ ਚੰਗਾ ਚੁੱਪ ਕਰ ਜਾ ਹੁਣ ਬੰਦਿਆਂ ਵਾਲੀ ਗੱਲ ਸੁਣਦਾ ਤੈਨੂੰ ਬੰਦਿਆਂ ਵਾਲੀ ਗੱਲ ਕਹਿਣਾ ਮੈਂ ਤੈਨੂੰ ਆ ਚੱਕਦੀਆਂ ਕੌਲੀ ਠੂਹ ਕਿਹਦੇ ਬਾਗੀ ਮੰਗਣਾ ਚੱਕੀ ਕੌਲੀ ਠੂਹ ਕਿਹਦੇ ਬਾਗੀ ਮੰਗਣਾ ਮੈਂ ਦਾਲ ਮੰਗਣ ਜਾਂਦੀ ਹੁੰਦੀ ਹਾਂ ਕਿਉਂ ਆਪਣੇ ਕੀ ਅੱਗ ਲੱਗਦੀ ਨਹੀਂ ਹੈਗੀ ਕਿੱਥੋਂ ਲਿਆ ਕੇ ਤਾਂ ਦਿੰਦਾ ਨਹੀਂ ਤੂੰ ਮੈਨੂੰ ਦੱਸ ਦਾਲਾਂ ਦੀਆਂ ਪੌੜੀਆਂ ਪਰ ਸਿੱਟ ਤੂੰ ਇੱਥੇ ਮੈਂ ਸਵਾਹ ਸਿੱਟ ਦੇਗਾ ਤੂੰ ਸੱਤ ਕੁੱਲਿਆਂ ਦੀ ਬਣੀ ਹੈ ਨਾਲੇ ਗੱਲ ਸੁਣ ਲੈ ਹੁਣ ਆਪਾਂ ਉੱਠ ਖੜੇ ਮੈਂਬਰੀ 'ਚ ਸਰਪੰਚ ਮੈਨੂੰ ਕਹਿੰਦਾ ਮੇਨ ਮੈਂਬਰ ਤੂੰ ਹੋਵੇਗਾ ਸਮਝ ਗਈ ਫਿਰ ਹੁਣ ਮੈਂ ਦੱਸ ਮੈਂਬਰੀ 'ਚ ਉੱਠ ਕੇ ਫਿਰ ਹੀ ਤੋਂ ਹੀ ਤਾਂ ਮੈਂ ਜਾਂਦੀ ਹਾਂ ਲੋਕਾਂ ਦੇ ਘਰੇ ਵੀ ਫਿਰ ਹੀ ਅਗਲਾ ਵੋਟ ਪਾਊਗਾ ਜੇ ਹੁਣ ਮੈਂ ਘਰੇ ਬੈਠੀ ਰਹੂੰ ਤਾਂ ਵੋਟ ਕਿਹੜੇ ਮੂੰਹ ਨਾਲ ਅਗਲਾ ਪਾਊਗਾ ਆਪਾਂ ਨਹੀਂ ਦਾਲਾਂ ਮੰਗਣ ਨਾ ਜਾ ਹੈ ਮੇਰੀ ਗੱਲ ਸੁਣ ਕੌਲੀ ਲੈ ਕੇ ਜ਼ਰੂਰ ਜਾ ਆਦਤ ਪਈ ਹੋਈ ਹੈ ਤੈਨੂੰ ਕੌਲੀ ਲੈ ਕੇ ਜਾ ਖਾਲੀ ਠੀਕ ਹੈ ਅਤੇ ਜਾ ਕੇ ਤੂੰ ਦਾਲ ਨਹੀਂ ਮੰਗਣੀ ਸਬਜ਼ੀ ਨਹੀਂ ਮੰਗਣੀ ਭਾਜੀ ਨਹੀਂ ਮੰਗਣੀ ਕੁਛ ਨਹੀਂ ਮੰਗਣਾ ਤੂੰ ਜਾ ਕੇ ਬਸ ਇਹ ਕਹਿਣਾ ਵੀ ਭਾਈ ਵੋਟ ਸਾਨੂੰ ਪਾ ਦਿਓ ਆਹ ਲੱਗੂ ਭਾਈ ਦਾਲ ਵੀ ਲੈ ਜਾ ਨਾ ਦਾਲ ਦੀ ਨਹੀਂ ਲੋੜ ਮੈਨੂੰ ਵੋਟ ਪਾ ਦਿਓ ਠੀਕ ਹੈ ਇੱਕ ਹੋਰ ਗੱਲ ਤੈਨੂੰ ਮੈਂ ਦੱਸਾਂ ਆਹ ਆਪਦਾ ਜਿਹੜਾ ਆਹ ਬੂਥਾ ਬਾਥਾ ਜਿਹਾ ਸਮਾਰਦੀ ਆ ਤੂੰ ਇਹਦਾ ਖਰਚਾ ਘਟਾ ਦੇ ਆਪਣਾ ਹੁਣ ਖਰਚਾ ਹੋਊਗਾ ਵੋਟਾਂ 'ਚ ਸੁਣ ਗਿਆ ਬੁੱਥੇ ਨੂੰ ਮੈਨੂੰ ਕਿਹੜਾ ਤੂੰ ਰੋਜ਼ ਲਿਪਸਟਿਕਾਂ ਲਿਆ ਕੇ ਦਿੰਦਾ ਹੈਗਾ ਉਹ ਤੂੰ ਤੂੰ ਤਾਂ ਲਿਆਉਣੀ ਹੈ ਬਿਊਟੀ ਪਾਰਲਰ 'ਤੇ ਜਾ ਕੇ ਬਹਿ ਜਾਣੀ ਉੱਥੇ ਪਰ ਕਿੰਨਾ ਕਿੰਨਾ ਖਰਚਾ ਆਉਂਦਾ ਹੈਗਾ ਖਰਚਾ ਕੀ ਹੈ ਮੇਰੀ ਮਾਂ ਦੇ ਕੇ ਜਾਂਦੀ ਹੈ ਸਾਰਾ ਖਰਚਾ ਉਹੀ ਮਾਰਦਾ ਰਹਿਣਾ ਮਾਂ ਦੇ ਕੇ ਜਾਂਦੀ ਆਹ ਦੇਖ ਲੈ ਹੱਪ ਲੂੰਗੜੀ 'ਚ ਦਿੱਤੀ ਨਾ ਮੇਰੇ ਸਾਲ ਦੀਆਂ ਲੱਤਾਂ ਆਉਂਦੀਆਂ ਨੇ ਨਾ ਸਿਰ ਆਉਂਦਾ ਇਹਦੇ ਉੱਤੇ ਹਾਂ ਤੈਨੂੰ ਭਲੂੰਗੜੀ ਦਿੱਤੀ ਹੈ ਉਹ ਜਿਹੜਾ ਅੰਦਰ ਲਾਈ ਬੈਠਾ ਮੈਂ 20,000 ਦੇ ਉਹ ਨਹੀਂ ਬੈਠਾ ਉੱਥੇ ਤੂੰ ਹੀ ਰੁੜਦੀ ਇੱਥੇ ਹੀ ਬੈਠਦਾ ਮੈਂ ਤਾਂ ਆ ਕੇ ਇੱਥੇ ਹੀ ਪੈਣਾ ਹੋਰ ਮੈਂ ਰੁੜਦੀ ਨਾਲੇ ਹੋਰ ਤੈਨੂੰ ਜਿਹੜੀ ਗੱਲ ਕਹੀ ਆ ਉਹ ਗੱਲ ਤੇ ਗੌਰ ਕਰ ਲੈ ਹੁਣ ਖਬਰਦਾਰ ਹੋ ਜੀ ਜੇ ਕਿਸੇ ਕੋਈ ਚੀਜ਼ ਮੰਗਣ ਗਈ ਆ ਵੀ ਮੈਂ ਤਾਂ ਜਮਾ ਨਹੀਂ ਜਾਂਦੀ ਲਿਆ ਕੇ ਛਿੜਦੇ ਸਾਰਾ ਕੁਝ ਇੱਕ ਇੱਕ ਮੇਰੀ ਗੱਲ ਹੋਰ ਸੁਣ ਠੀਕ ਹੈ ਤੂੰ ਨਾ ਐਂ ਕਰਿਆ ਕਰ ਚੱਕਵੇਂ ਸੂਟ ਪਾ ਕੇ ਵੋਟਾਂ ਮੰਗਣ ਜਾਇਆ ਕਰ ਪਤਾ ਲੱਗੇ ਵੀ ਮੈਂਬਰ ਦੇ ਘਰ ਵਾਲੀਆਂ ਹੈ ਮੈਂ ਕੱਲ੍ਹ ਨੂੰ ਉਹਨਾਂ ਦੀ ਸੇਲ ਲੱਗੀ ਇੱਥੇ ਸਾਰੀ 'ਚ ਮੈਂ ਲੈ ਨਾ ਮੈਂ 4 ਸੂਟ ਦੋ ਦਿਨ ਖੜ ਜਾ ਬਸ ਲਾਲੇ ਨੂੰ ਪੈਸੇ ਨੂੰ ਕਿਹਾ ਅੱਜ ਹੁਣ ਲਾਲਾ ਆਇਆ ਸੀਗਾ ਰਸੋਈ 'ਚ ਗੁੱਟਰ ਗੁੱਟਰ 'ਤੇ ਝਾਕ ਰਹੀ ਸੀ ਆਹੋ ਲਾਲਾ ਤਾਂ ਲਾਲਾ ਆਇਆ ਉਹਨੂੰ ਪੈਸਿਆਂ ਨੂੰ ਕਿਹਾ ਪੈਸੇ ਹੱਥ 'ਚ ਆ ਜਾਂਦੇ ਫਿਰ ਲਿਆ ਮੈਂ ਨਾਲੇ ਮੈਂ ਝਾਂਜਰਾਂ ਕਰਾਉਣੀਆਂ ਨੇ ਹੈਵੀ ਜਿਹੀਆਂ ਤੋਂ ਵੋਟਾਂ ਤੋਂ ਬਾਅਦ ਗਰੰਟਾਂ 'ਚ ਗਰੰਟਾਂ 'ਚ ਕਰਾਵਾਂਗੇ ਝਾਂਜਰਾਂ ਕਰਾ ਲਈ ਚਾਹੇ ਰਾਣੀ ਹਾਰ ਕਰਾ ਲਈ ਕਿਹੜਾ ਜਿੱਤ ਜਾਣਦੇ ਬੋਦੇ ਨੂੰ ਵੋਟਾਂ 'ਚ ਸੱਚੀ ਰਾਣੀ ਹਾਰ ਪਾਉਂਗੀ ਹੁਣ ਜਿਹੜੀ ਗੱਲ ਮੈਂ ਤੈਨੂੰ ਕਹੀ ਆ ਕਿਸੇ ਦੇ ਮੰਗਣ ਨਹੀਂ ਜਾਣਾ ਚੱਲ ਮੈਂ ਨਹੀਂ ਜਾਂਦੀ ਮੈਂ ਵੋਟਾਂ ਤਾਂ ਕਹਿਣ ਪਾ ਗਿਆ ਕਰਾਂ ਮੈਂ ਤੈਨੂੰ ਕਿਹਾ ਖਾਲੀ ਕੌਲੀ ਲੈ ਕੇ ਜਾ ਦਾਲ ਨਹੀਂ ਮੰਗਣੀ ਸਬਜ਼ੀ ਨਹੀਂ ਮੰਗਣੀ ਤੂੰ ਸਿਰਫ ਕਹਿ ਸਾਨੂੰ ਵੋਟ ਪਾ ਦੇ ਚੱਲ ਇਹ ਤਾਂ ਮੈਂ ਕਹਿ ਦਿਆ ਕਰੂੰਗੀ ਇਹਦੇ ਨਾਲ ਕਿਹੜਾ ਮੇਰੀ ਜੀਬ ਕੱਸਦੀ ਹੈ ਤੇਰਾ ਜ਼ੋਰ ਲੱਗੂ ਨਾਲੇ ਮੇਰਾ ਜ਼ੋਰ ਲੱਗੂ ਲੈ ਮੈਂ ਖੇਤ ਕਿਹੜਾ ਮਾਰਿਆ ਮੈਂ ਚੰਗਾ ਜਾਂ ਮਾਰਿਆ ਇਹ ਗੱਲ ਦਾ ਧਿਆਨ ਰੱਖੀ ਹੁਣ ਚੱਲ ਖਬਰਦਾਰ ਹੋ ਜੀ ਜੇ ਕਿਸੇ ਦੇ ਮੰਗਣ ਗਈ ਆ ਨਹੀਂ ਜਾਂਦੀ ਵੇ ਜਾਣਾ ਪਤਾ ਨਹੀਂ ਕਹਿਆ ਜਾਂ ਨਹੀਂ ਮੇਰੇ ਮਾਂ ਪਿਓ ਨੇ ਕੋਈ ਚੱਜਦਾ ਵੀ ਨਹੀਂ ਦੇਖਿਆ ਬਣਿਆ ਵੋਟਾਂ ਦਾ ਲੈ ਬੂ ਮੈਨੂੰ ਤਾਂ ਐਂ ਟੈਨਸ਼ਨ ਤੀ ਕਿਤੇ ਲਾ ਲਾ ਇਹਦੇ ਕੋਲ ਉਂਗਲ ਨਾ ਲਾ ਗਿਆ ਹੋਵੇ ਮੈਨੂੰ ਤਾਂ ਇਹ ਦੇਖਦੀ ਤੀ ਤਾਂ ਉਹੀ ਤਾਂ ਮੈਂ ਗੋਟਰ ਗੋਟਰ ਦੇਖਦੀ ਤੀ ਬੂ ਮੈਂ ਤਾਂ ਚਾਹ ਵੀ ਧਰੀ ਬੈਠੀ ਹੈਗੀ ਹੈਂ ਚਾਹ ਵੀ ਧਰਾਈ ਤੀ ਲੈ ਜਾ ਲੈ ਸਿਆ ਸਾਫ਼ ਸੁਥਰੇ ਨਾਲ ਵਧੀਆ ਰਹਿੰਦਾ ਨਹੀਂ ਤਾਂ ਕੀੜਾ ਕੰਡਾ ਵੜ ਕੇ ਬਹਿ ਜਾਂਦਾ ਆਹ ਕਿਵੇਂ ਆਉਂਦੀਆਂ ਨੇ ਪੀ ਟੀ ਊਸ਼ਾ ਬਣੀ ਹੋਏ ਲਾ ਧੋਤੜ ਜੀ ਨੂੰ ਕਹੀ ਤੀ ਵੀ ਤੂੰ ਇਕੱਲੀ ਖੇਤਾ ਜੀ ਨਾਲ ਉਹਨੂੰ ਵੀ ਖਿੱਚੀ ਆਉਂਦੀ ਆ ਦੀਦੀ ਛੇਤੀ ਆ ਜਾ ਬਾਈ ਦੇਖਾਂ ਕੀ ਹੋ ਗਿਆ ਬਾਈ ਓਏ ਹਾਂ ਬਾਈ ਹਾਏ ਹਾਏ ਕੀ ਹੋ ਗਿਆ ਕਿਵੇਂ ਭੱਜਿਆ ਰਹੀ ਹਾਂ ਹਾਂ ਉਹ ਤਾਂ ਗੇਠ ਮੁਠੀਏ ਦੇ ਗਿਆ ਗਿਆ ਨਾ ਭੈਣ ਦੇਣੇ ਦੀ ਉਹ ਨਿਗਾਹ ਨਹੀਂ ਰੱਖ ਸਕੀ ਇਹਦੀਆਂ ਕਿੱਧਰ ਭੱਜ ਗਿਆ ਭੱਜਿਆ ਨਹੀਂ ਮਰ ਗਿਆ ਹੈ ਹਾਂ ਉਹ ਤਾਂ ਫਰਿਆ ਪਿਆ ਕਿਵੇਂ ਮਰ ਗਿਆ ਪਤਾ ਨਹੀਂ ਅਸੀਂ ਤਾਂ ਪਾਥੀਆਂ ਲੈਣ ਗਈਆਂ ਸੀ ਸਾਡੇ ਆਉਂਦੀਆਂ ਤੋਂ ਦੇ ਸਾਹ ਪ੍ਰਾਣ ਨਹੀਂ ਹੈਗੇ ਦੇਖ ਕੇ ਆਈਓ ਤੁਸੀਂ ਆਪਾਂ ਹਾਂ ਜਮੀ ਨਹੀਂ ਹਿਲਦਾ ਤੂੰ ਬਰੇ ਬੰਦੇ ਛੇਤੀ ਚੱਲ ਚਲੋ ਛੇਤੀ ਚੱਲ ਕਰੇ ਆ ਜਾ ਤੇ ਹੋਰ ਹੀ ਨਾ ਜੱਪ ਪੈ ਜੇ ਖਰਚਾ ਟਿਕ ਜਾ ਪੜ ਲਓ ਮੈਂ ਉੱਟਾ ਪੜਾ ਫਰੀ ਜਾਊ ਸਾਰਾ ਦਿਨ ਪੜ ਲਓ ਨਹੀਂ ਪੜ ਲਓ ਹਾਂ ਕਿੱਥੇ ਆ ਆ ਸੇ ਅੰਦਰ ਉਰੇ ਤਾਂ ਹਾਂ ਚੱਲ ਬਈ ਬਸ ਹੈ ਸੂਟ ਬਦਲਦੀ ਰਿਹਾ ਕਰ ਬਸ ਰੋਜ਼ ਸੂਟ ਬਦਲਿਆ ਹੋਣਾ ਚਾਹੀਦਾ ਤੇਰਾ ਤਾਂ ਹੀ ਆਪਾਂ ਨੂੰ ਵੋਟਾਂ ਪੈਣਗੀਆਂ ਪੜ ਲਓ ਅੱਛਾ ਨਾ ਸੂਟ ਮੈਂ ਇੱਕ ਦੋ ਹੋਰ ਲਿਆਉਣੀ ਹੈਗੀ ਮਹਾਂ ਚਾਹੇ ਦੱਸ ਲਿਆ ਮੈਂ ਬੈਠਾ ਨਾ ਫਿਰ ਪੈਸੇ ਤਾਂ ਦੇ ਦੇ ਬੈਠਾ ਤਾਂ ਹੈਗਾ ਤੂੰ ਪੈਸੇ ਪਾਲੋ ਗੱਲ ਸੁਣ ਲੈ ਪੈਸੇ ਆ ਜਾਣਗੇ ਪਹਿਲੀ ਗ੍ਰਾਂਟ ਪਾਲੋ ਤੇ ਲੱਗਣੀ ਆ ਪਾਲੋ ਤੇ ਲਾਉ ਪਹਿਲੀ ਗ੍ਰਾਂਟ ਦੇਖਦੇ ਜਾਈ ਤੂੰ ਹਾਂ ਮੈਂ ਕਹਿੰਦੀ ਸੀ ਦੀਵਾਲੀ ਆ ਰਹੀ ਨਾ ਪੜਾਕੇ ਪੜੂਕੇ ਲੈ ਆਉਂਦੇ ਦੀਵਾਲੀ ਤੂੰ ਪੜਾਕੇ ਹੋਰ ਮੈਨੂੰ ਐਂ ਦੱਸ ਪੜਾਕੇ ਤਾਂ ਸਿਰ 'ਚ ਮਾਰ ਰਹੇ ਨੇ ਨਾ ਆਪਣੇ ਬੱਚਾ ਨਾ ਜੱਚਾ
मैं मर जाना, मैं भी बच्चा वर्गू ही हाँ। लो पड़ाके की गल कर दी है, किन्ने पड़ाके लिया? 4,000 दे लिया पड़ाके तेन ले आई ਨਾਲੇ ਡੱਬਾ ਡੱਬਾ ਲੈ ਆਈ ਬਰਫੀ ਬੁਰਫੀ ਦਾ ਪਿਓਰ ਵਾਲੀ ਰੱਖ ਤੇ ਉਹ ਨਕਲੀ ਚੱਕ ਕੇ ਤੁਰਿਆ ਮੈਂ। ਪਿਓਰ ਵਾਲੀ ਦਾ ਲਿਆਉਂਗਾ ਕਰੋੜੀ ਮਾਲ ਨੂੰ ਮਾਪੀ ਕਹੇ ਤੂੰ ਮੂਨਕ ਤੋਂ ਲੈ ਆਊਗਾ ਕਰੋੜੀ ਮਾਲ ਆਪਣੇ ਵਾਸਤੇ। ਹਾਂ ਹਾਂ ਪੜਾਕੇ ਤੈਨੂੰ ਮੈਂ ਬਥੇਰੇ ਲਿਆ ਦੂੰਗਾ, ਪਰ ਮੇਰੀ ਗੱਲ ਸੁਣ ਲੈ, ਜੇ ਤੂੰ ਐਂ ਜੱਚ ਪੱਚ ਕੇ ਹਨਾ ਲੋਕਾਂ ਦੇ ਘਰਾਂ 'ਚ ਜਾਵੇਂਗੀ ਹੈ, ਮੇਰਾ ਮਤਲਬ ਵੀ 7% ਵੋਟਾਂ ਤਾਂ ਤੇਰੇ ਕਰਕੇ ਪੈ ਜਾਣਗੀਆਂ ਮੈਨੂੰ। ਹਾਂ ਹਾਂ ਜੱਜ ਕੇ ਰਿਹਾ ਕਰ ਬਸ ਤੂੰ, ਬਸ ਆਹ ਚੀਜ਼ਾਂ ਜੀ ਹੁਣ ਛੱਡ ਦੇ, ਸਿਰਫ ਤਾਂ ਵੋਟਾਂ ਵੋਟਾਂ ਨੂੰ ਇਹ ਕਹਿਣਾ ਠੀਕ ਹੈ? ਮੈਂ ਵੋਟਾਂ ਨੂੰ ਕਹਿ ਕੇ ਆਉਣੀ, ਹੋਰ ਮੈਂ ਕੀ ਕਰਨ ਜਾਂਦੀ ਹੈਗੀ? ਓਏ ਉਹ ਤਾਂ ਗੱਲ ਮੈਂ ਤੇਰੀ ਮੰਨਦਾ, ਨਾਲੇ ਤੁਹਾਨੂੰ ਪਤਾ ਕੀ ਘਰ 'ਚ ਜੇ ਇਤਫਾਕ ਹੋਵੇ ਇੱਕ ਦੂਜੇ ਨਾਲ ਪਿਆਰ ਹੋਵੇ ਘਰ ਤਾਂ ਚੱਲਦੇ ਨੇ, ਜੇ ਜੇ ਆਪਣੀ ਇੱਕ ਦੂਜੇ ਦੀ ਪੂਰੀ ਬਣਦੀ ਹੋਊਗੀ ਤਾਂ ਕਰਕੇ ਮੈਂ ਵੋਟਾਂ 'ਚ ਮੈਂਬਰ ਬਣੂੰਗਾ। ਤੈਨੂੰ ਸਾਰੇ ਪਿੰਡ ਵਾਲੇ ਮੈਂਬਰ ਨਹੀਂ ਮੈਂਬਰ ਨਹੀਂ ਮੈਂਬਰ ਨਹੀਂ ਕਿਹਾ ਕਰਾਂਗੇ ਦੇਖੀ ਤੂੰ। ਤੂੰ ਹੀ ਮਚਦਾ ਰਹਿਣਾ ਗਾ, ਮੈਂ ਤਾਂ ਕੁਛ ਨਹੀਂ ਕਹਿੰਦੀ ਤੈਨੂੰ। ਓਏ ਉਹ ਗੱਲਾਂ ਨੂੰ ਮਾਰ ਗੋਲੀ, ਗਲਤੀ ਵਲਤੀ ਹੋ ਜਾਂਦੀ ਉਹ ਗੱਲਾਂ ਨੂੰ ਮਾਰ ਗੋਲੀ, ਪਰ ਹੁਣ ਤੂੰ ਧਿਆਨ ਰੱਖੀ, ਨਾਲੇ ਮੇਰੀ ਗੱਲ ਸੁਣ ਲੈ, ਮੈਂ ਜਾਂਦਾ ਕਰੋੜੀ ਮੱਲ ਦੀ ਹੱਟ 'ਤੇ ਠੀਕ ਹੈ, ਫਿਰ ਤੇਰੇ ਵਾਸਤੇ ਨਾਲ ਤਾਂ ਮੈਂ ਪਟਾਕੇ ਲਿਆਉਣਾ, ਬਰਫੀ ਵਾਲਾ ਡੱਬਾ ਖੋਏ ਦੀ ਬਰਫੀ ਲਿਆਵਾਂ। ਵਧੀਆ ਵਾਲੀ ਲਿਆਈ, ਵਧੀਆ ਵਾਲੀ ਕਿਹਾ ਤੈਨੂੰ ਮੈਂ। ਪੜ੍ਹ ਲਓ ਇੱਕ ਤੇਰੇ ਵਾਸਤੇ ਚਮਚਮਾਂ ਦਾ ਡੱਬਾ ਫੜ ਕੇ ਲਿਆਉਂਗਾ ਚਮਚਮਾਂ ਦਾ ਠੀਕ ਹੈ। ਹਾਂ ਚਲੋ ਮੈਂ ਜਾਂਦਾ ਫਿਰ। ਚੱਲ ਠੀਕ ਠੀਕ ਹੈ। ਬਰਫਾ ਮਰੀਆ ਤਾਂ ਰਹਿੰਦਾ ਜੀਵ ਨੂੰ, ਬਰਫੀ ਲਿਆਊਗੇ ਕਹੀਂ ਕੁਛ ਹੋਰ ਸੜੀ ਕੋਈ ਚੱਕ ਲਿਆਊਗਾ, ਲਿਆਓ ਪਤੀਸਾ ਇੱਥੇ ਸੜਿਆ ਜਾ, ਲੈ ਲਾ ਮੇਰੇ ਮੂਹਰੇ ਧਰਦਾ ਨਾ ਹਰ ਸਾਲ ਲਿਆ ਕੇ ਡੱਬਾ। 85 86 87 98 90 91 ਲਾਲਾ ਜੀ 92 ਲਾਲਾ ਜੀ 93 93 93 ਹਾਂ ਰਾਮ ਰਾਮ ਜੀ ਰਾਮ ਰਾਮ ਭਾਈ ਬਹੁਤ ਦੱਸਿਆ ਲਾਲਾ ਜੀ ਮੈਨੂੰ ਐਂ ਦੱਸੋ ਫਿਰ ਦੀਵਾਲੀ ਦਾ ਕਿਵੇਂ ਮਾਹੌਲ ਹੈ? ਕਿਹੜੀ ਦੀਵਾਲੀ ਹੈ, ਸਾਡੀ ਤਾਂ ਦੁਕਾਨ 'ਤੇ ਹੀ ਲੰਘ ਜਾਂਦੀ ਅੱਧੀ ਦੀਵਾਲੀ, ਤੈਨੂੰ ਪਤਾ ਗਾਹਕਾਂ ਨੂੰ ਸੌਦਾ ਦੇ ਜਾਂਦੇ ਹਾਂ ਬਸ ਆਹੀ ਦੀਵਾਲੀ ਹੈ, ਤੂੰ ਸੁਣਾ ਵੀ ਦੀਵਾਲੀ ਕਿਵੇਂ ਆ? ਸੇਠਾ ਕੰਮ ਕੀ ਹੈ, ਗਾਹਕਾਂ ਨੂੰ ਸੌਦੇ ਹੀ ਦੇਣਾ ਹੈ, ਅਤੇ ਹੋਰ ਤੁਹਾਡਾ ਕੰਮ ਕੀ ਹੁੰਦਾ? ਮੈਂ ਤਾਂ ਹੈਗਾ ਸੇਠਾ, ਲੈ ਐਂ ਕਰ 1,000 ਰੁਪਏ ਦੇ ਪੜਾਕੇ ਪਾ। ਮੂਰਖ ਜਮਾ ਮੂਰਖ, ਐਂ ਦੱਸ ਤੁਹਾਡੇ ਕੋਈ ਜਵਾਕ ਤਾਂ ਹੈ ਨਹੀਂ, ਪਟਾਕੇ ਵਜਾਊਗਾ ਕੌਣ? ਲਾਲਾ ਮੈਂ ਕਾਹਨੂੰ ਮੂਰਖ ਹਾਂ, ਮੂਰਖ ਦਾ ਤੂੰ ਆ ਪਤੰਦਰਾ, ਆਹ ਤੇਰੀ ਭਰਜਾਈ ਨੇ ਕਿਹਾ ਵੀ ਪਟਾਕੇ ਮੈਂ ਵਜਾਊਂਗੀ। ਜੈ ਮਾਤਾ ਦੀ। ਅੱਛਾ ਭਰਜਾਈ ਵਜਾਊਗੀ ਪਟਾਕੇ? ਹਾਂ ਹਾਂ। ਪਤੰਦਰਾ ਕਿਹੜੇ ਵਜਾਊਗੀ ਪਟਾਕੇ, ਹੁਣ ਤਾਂ ਪਟਾਕੇ ਪਾ ਰੱਖੇ ਨੇ ਪਿੰਡ 'ਚ। ਲਾਲਾ ਗੱਲ ਸੁਣ ਲਾ, ਮੈਨੂੰ ਆ ਘੁੰਮਣ ਘੇਰੀਆਂ ਜੀਆਂ 'ਚ ਨਾ ਪਾ, ਸਿੱਧੀ ਮੁੱਦੇ ਵਾਲੀ ਗੱਲ ਸੁਣਾ। ਜੇ ਝੂਠ ਹੋਈ ਆ ਕੈਂਚੀ ਨਾਲ ਮੇਰਾ ਗੱਲ ਵੱਢਦੀ, ਹੋਰ ਬੋਲ। ਗੱਲ ਦੱਸ, ਗੱਲ ਕੀ ਆ? ਗੱਲ ਮੈਂ ਦੱਸਦਾ ਤੈਨੂੰ, ਉਹ ਜਿਹੜਾ ਅੰਮ੍ਰਿਤ ਨਹੀਂ ਹੈਗਾ। ਅੰਮ੍ਰਿਤ? ਹਾਂ ਜੈਲੇ ਕਾ। ਜੈਲੇ ਕਾ? ਅੱਛਾ ਜੈਲਾ ਤਾਂ ਬੇਚਾਰਾ ਠੀਕ ਹੈ, ਬੰਧਾ ਨਾ ਪੜਾ। ਜਿਹੜਾ ਅੰਮ੍ਰਿਤ ਆ ਉਹ ਕਲਾਂ ਦਾ ਮੂਲਾ, ਤੇਰੇ ਵਾਲੀ ਨੇ ਤਾਂ ਉਹਦੇ ਨਾਲ ਗਾਟੀ ਪਾ ਰੱਖੀ ਆ। ਗਾਟੀ ਮੈਂ ਤਾਂ ਉੱਡਦੀ ਉੱਡਦੀ ਗੱਲ ਸੁਣੀ ਤੀ ਪਿੰਡ 'ਚ। ਲਾ ਕੀ ਕਹਿਣਾ ਤੂੰ, ਆਹੀ ਸਾਡੇ ਜੱਟਾਂ 'ਚ ਨੁਕਸ ਹੁੰਦਾ, ਗੱਲ ਸੁਣੀ ਨਹੀਂ ਪਹਿਲੀ ਹਥਿਆਰ ਚੱਕ ਲੈਣੇ ਹੋ। ਪੂਰੀ ਗੱਲ ਦੱਸ ਮੈਨੂੰ। ਪੂਰੀ ਗੱਲ ਕੀ, ਸਾਰੇ ਤਾਂ ਬੰਦੇ ਗੱਲਾਂ ਕਰਦੇ ਨੇ, ਖੁੰਡ ਚਰਚਾ ਹੀ ਹੋ ਰਹੀ ਆ, ਸਾਰੀਆਂ ਬੁੜੀਆਂ। ਮੈਂ ਤਾਂ ਭਾਈ ਉੱਡਦੀ ਉੱਡਦੀ ਗੱਲ ਸੁਣੀ ਤੀ, ਹੁਣ ਦੱਸ ਪਟਾਕੇ ਕਿੰਨੇ ਦੇ ਪਾਣੇ ਨੇ, ਛੱਡ ਪਰਾਂ ਮੈਂ ਫੇਰੇ ਗਿਣ ਲੂੰਗਾ। ਲਾਲਾ ਪਟਾਕਿਆਂ ਨੂੰ ਮਾਰ ਗੋਲੀ, ਹੁਣ ਤਾਂ ਤੂੰ ਇਹ ਦੇਖੀ ਤੇਰੀ ਭਰਜਾਈ ਦੇ ਪਟਾਕੇ ਕਿਵੇਂ ਪੈਂਦੇ ਨੇ, ਨਾ ਮੈਨੂੰ ਦੱਸ ਦੇ। ਨਾ ਨਾ ਮੈਨੂੰ ਨਹੀਂ, ਕਿੰਨੇ ਕਿਹਦੇ ਪਾਣੇ ਨੇ, ਮੈਂ ਦੱਸਤਾ ਜਾਂਦਾ ਹੈ। ਕਰੋੜੀ ਮੁੱਲਾ ਤੇਰੀ ਜੀਵ ਵੜ ਜੇ ਤੂੰ ਚੁੱਪ ਰਹਿ ਜੇ, ਜੇ 2 ਮਿੰਟ ਬਾਅਦ 'ਚ ਕਹਿੰਦਾ ਕੀ ਗਲਤੀ, ਘੱਟੋ ਘੱਟ 1,000 ਰੁਪਇਆ ਤਾਂ ਬਣਦਾ ਪਟਾਕੇ ਤਾਂ ਲੈ ਜਾਂਦਾ, ਆਹ ਤਾਂ ਅੱਗ ਲਾਣੀ ਦੀ ਬਾਅਦ 'ਚ ਲਾਉਣ ਦਾ, ਗਾਹਕ ਵੀ ਖਿਝਾ ਲਿਆ ਤੇਰਾ ਵੀ ਸਰੀ ਪਿਆ। ਚੱਲ ਛੱਡ ਪਰਾਂ, ਅਸੀਂ ਤਾਂ ਫਿਰ ਹੀ ਗਿਣੂੰਗਾ ਹੁਣ। ਜੇਠ ਜੀ ਛੇਤੀ ਆਓ, ਛੇਤੀ ਆਓ। ਨਾ ਤੁਸੀਂ ਤਾਂ ਕਹਿੰਦੇ ਮਰ ਗਿਆ, ਆ ਤੁਹਾਡਾ ਭਣਾਈਆ ਉਰੇ ਕਿਵੇਂ ਆ ਗਿਆ? ਹੈ ਮਰਿਆ ਪਿਆ ਸੀ ਨਾ ਬੋਲ, ਓਹੋ ਉਹ ਬੋਲੂਗਾ ਕਿਵੇਂ, ਇਹਦੀ ਪੱਟੀ ਦਾ ਖੋਲੋ ਬਾਈ, ਖੜਾ ਕਰ ਲੈ ਬਈ, ਬੋਲ ਪਾ ਕੁਛ, ਬੋਲ ਪਾ ਬਾਈ, ਜਾਣਾ ਤਾਂ ਮਰਿਆ ਪਿਆ ਸੀ, ਬੋਲਦਾ ਖੜ ਜਾ ਦਮ ਲੈ ਜਾ ਬਾਈ, ਤੂੰ ਤਾਂ ਸਾਰੇ ਭੱਜ ਗਏ, ਮੈਨੂੰ ਤਾਂ ਡਰ ਲੱਗਦਾ ਵੀ ਉਹ ਇਕੱਲੇ। ਅੱਛਾ ਦੇਖ ਲਾ ਲਾ ਡਰਾਇਆ ਜੀ, ਕੱਟਿਆ ਸਲੇ ਮਾਇਆ ਚੇਟਾ ਸੋਇਆ, ਇਹ ਕੁੱਟਾਂਗੇ ਤਾਂ ਮੰਚੇ ਦੇ ਪਾ ਕੇ, ਪਾ ਮੇਰੇ ਸਲੇ ਨੂੰ ਆ ਫੜ ਲੱਤਾਂ ਦੀਆਂ, ਓਏ ਮੇਰੇ ਸਾਲਿਆ, ਉਹ ਮੇਰੇ ਜਾਨ ਦੇ ਦੁਸ਼ਮਣਾ, ਓਏ ਆਪਦੀ ਜਾਨ ਬਚਾ ਲਾ, ਓਏ ਮਟੇ ਦੇ ਫੋਨ ਜੇ ਤੂੰ, ਉਹ ਕਿੱਥੇ ਆ ਮੇਰਾ ਸਾਲਿਆ ਦੱਸ ਦੇ, ਉਹ ਨਹੀਂ ਮਿਟਦਾ, ਨਹੀਂ ਮਿਟਦਾ, ਇਹਨੂੰ ਮਟੇ ਦੇ, ਇਹਨੂੰ ਮਟੇ ਦੇ ਮਟੇ ਦੇ ਮੇਰੇ ਸਾਲੇ ਦੇ ਲਹੂ ਪੀਰ ਗਿਆ, ਤੂੰ ਬੰਦਾ
मर जूगा मेरा साला खाई जाना दस दे मेरा चाहे गल ला दो मेरी नौकरी दा सवाल है सालिया अजे नौकरी अड़ी रहेगी नौकरी अड़ी रहेगी ओए अड़ी रहेगी मेरा की कसूर है कसूर कसार ता तेनू उत्थे जाके दसू जुलूस कढ़िया आ जा सारा पिंड झूठ बोली मेरी गल सुन भाई मैं तेरे नाल जमा सहमत हां ऊ ता तू ला दे चार मेनू तो पता नहीं गल पिछो कोई होर झूठ है ला दे होर मेरे मंडे दी चार होर ला दे छित्र खांदी है वधिया होया कल ना कल किसी दा होर करता नहीं पट्टूगी चलो भाई जिवें तुहानू ठीक लगदा ओह कानू ओह कर दिओ मैं उरे आके जुलूस कढ़दा चंगा लगदा अगला कहिंदा पता नहीं की गल होगी इहनां दे घरे मेरी गल सुन भैने मैनू ए लगता जेठ दी भी ते अख माड़ी हुई है मैनू तो आप जसी बचा के रखी माड़ा जा हां टुट पैना बड़ी साइड लेंदा की हो गया कुछ नहीं कुछ नहीं रोया पालिया ना ना कोई गल नहीं मेरी गल सुन जेठा ओनू जाके सांभ लै चूच करे जेनू चल भैने आप तो रोटी टुक कर गए होर ही भब्बू भाने च पा दे सुखे होवे मैं तां कहना एक तां काला सूट आ नहीं कढ़दी तू मैनू लगदा हड्ड हुण ठीक हो गए सईयों आनियां मूँह चक्की इधरों किथे ला ला ऑडेक्स लैण चली तां मोढा जिहा जे भी दर्द मारी जांदा भलाई ना 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 पालो कोई दर्द नहीं मारदा मोढा मोढा मैनू पता कहता मेरे यार ने गली दे विचों लंघना कुड़ियो राह छड्ड दो आ यार दी गली नहीं जिथों छड्डी जांदी हैगी अमृत दी मैं कानू ला ला मैं तां उहनां दे घर कनी झाकदी भी नहीं होणा कसर रह गई कोई तीन चार बार तो मैं कटवाता नाले आप आपदे हड्ड तड़वा ले फायदा कोई मैं तो कहना जरा इश्क मुश्का छड़ दो विच कुछ नहीं है गया ਦੁਕਾਨੋਂ ਲਾ ਲਾ ਇਸਕ ਉਸਕ ਤੇ ਉਹੀ ਉਹਨਾਂ ਨੇ ਤਾਂ ਜਾਇ ਰੋਈਆਂ ਨੇ ਰੌਲਾ ਪਾਤਾ ਹਰਾਮ ਜਾਦੀਆਂ ਨੇ ਉਹ ਤਾਂ ਪੂਰੀਆਂ ਨਾ 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 ਗੜਬੜ ਤਾਂ ਪਾਲੂ ਹੈਗੀ ਐ ਘੱਟ ਤੂੰ ਵੀ ਨਹੀਂ ਤੂੰ ਵੀ ਪੂਰੇ ਪਾਣੀ 'ਚ ਹੀ ਆ ਨਾਲੇ ਗੱਲ ਸੁਣ ਲੈ ਮੇਰੀ ਤੂੰ ਫਿਰਦੀਆਂ ਉਹਦੇ ਗੇੜੇ ਮਾਰਦੀ ਵੀ ਅੰਮ੍ਰਿਤ ਦੀਜੇ ਮੈਨੂੰ ਉਹਦੇ ਨਾਲ ਮੇਰੀ ਗੱਲ ਹੋ ਜੇ ਉਹ ਫਿਰਦਾ ਮੇਰਾ ਸਾਲਾ ਐਮਪੀ ਹੈ ਭਈਆ ਰਾਣੀਆਂ ਨੂੰ ਟਿੱਕਿਆ ਹੀ ਤੂੰ ਤਾਂ ਉਹੀ ਸੋਚ ਕਰੀ ਜਾਂਦੀ ਆ ਧੀ ਉਹ ਤਾਂ ਭਈਆ ਰਾਣੀਆਂ ਨਾਲ ਫਿਰਦਾ ਅੱਖ ਵੀ ਟਿੱਕੇ ਕਰਦਾ ਨਹੀਂ ਲਾਲਾ ਇਹੋ ਜਿਹਾ ਨਹੀਂ ਹੈਗਾ ਫਿਰ ਅੰਮ੍ਰਿਤ ਤੇ ਇਹ ਵੀ ਗੱਲ ਹੈਗੀ ਏ ਲਾਲਾ ਮੈਂ ਜਾਣਦਾ ਜਦੋਂ ਆਪਦੀ ਤੇ ਨਹੀਂ ਖੜੀ ਕਹਿੰਦਾ ਰਹਿੰਦੀ ਰਹਿ ਜੇ ਆਪ ਤੋਂ ਰਹੇ ਨਾ ਸਕੇ ਬਾਪ ਤੋਂ ਜਦੋਂ ਆਪਦੇ ਵਾਲੀ ਤੇ ਨਹੀਂ ਰਿਹਾ ਬੋਲੀ ਤੇਰੇ ਤੇ ਨਹੀਂ ਰਿਹਾ ਹੁਣ ਦੱਸ ਮੈਨੂੰ ਉਹ ਤਾਂ ਕੰਮ ਕਰੂਗੀ ਕਰੂ ਆਪਦਾ ਇਕੱਲਾ ਤੇਰੇ ਸਾਰੇ ਨਹੀਂ ਖੜਾ ਹੈਗਾ ਉਹ ਨਹੀਂ ਲਾਲਾ ਇਹੋ ਜਿਹੀ ਗੱਲ ਨਹੀਂ ਹੈਗੀ ਇਹ ਵੀ ਨਾ ਦੂਸਣ ਲਾ ਤੂੰ ਉਹ ਤੇ ਗੂੜਾ ਮੂੰਹ ਹੈ ਮੈਨੂੰ ਲੱਗਦਾ ਹੈ ਨਾ ਹਨਾ ਜਮੀ ਗੂੜਾ ਜਮੀ ਪਿਆਰ ਪੂਰਾ ਜਮੀ ਸ਼ਾਹਰੁਖ ਖਾਨ ਤੇ ਕਾਜਲ ਦਾ ਹੁੰਦਾ ਦਿਲ ਵਾਲੇ ਦੁਲਹਨੀਆਂ ਲਈ ਜਾਏਂਗੇ ਚ ਉਹੀ ਲਾਲਾ ਪੁੱਠੀਆਂ ਸਿੱਧੀਆਂ ਜਾ ਬਾਹਰ ਜਾ ਬਾਹਰ ਜਾ ਬਾਹਰ ਜਾ ਲੈ ਲੈ ਜਿੱਥੇ ਲੈ ਜਿਆਦਾ ਹੀ ਬਣਦਾ ਕੁਛ ਮਨੀਆਂ ਕਰੀਮ ਦੀ ਲੈ ਕਰੋੜੀ ਮਲ ਨੂੰ ਸਕਿਆਂਦੀ ਆ
ਭਲਾ ਇਹ ਜਿਹੜੀ ਇਸ਼ਕ ਮੁਸ਼ਕ ਹੁੰਦੇ ਨੇ ਛੱਡੇ ਜਾਂਦੇ ਨੇ ਕਿਤੇ, ਤੇਰਾ ਤਾਂ ਮਤਲਬ ਨਹੀਂ ਇਸ ਗਲੀ ਦੇ ਵਿੱਚ ਆਉਣ ਦਾ, ਚੱਲ ਮੇਰਾ ਮਤਲਬ ਹੈਗਾ ਆਉਣ ਦਾ। ਝੋਥਲਾ ਝੋਥਲਾ ਹੁਣ ਮੈਨੂੰ ਆਏ ਦੱਸ, ਢਿੱਡ ਭਰ ਗਿਆ ਸਮੋਸਾ ਹੋਰ ਤਾਂ ਨਹੀਂ ਖਾਣਾ? ਚੱਲੀਏ।